ਲਾਈਕ ਕਰੋ, ਫਾਲੋ ਕਰੋ, ਬਾਏ ਬਾਏ, ਲਾਈਕ ਕਰੋ। ਜਿਹੜਾ ਵੇਖ ਕੇ ਫਾਲੋ ਨਾ ਕਰੇ, ਅੱਲਾ ਕਰੇ ਮਰ ਜਾਵੇ ਸਾਡੀ ਤੋਂ। ਆ ਬਿੱਲਾ ਕਲਾਇੰਟ ਬੈਠੇ ਨੇ, ਆ ਬਿੱਲਾ ਤਿਆਰ ਹੋ ਗਈ। ਨਾਜ਼ਰੀਨ, ਸਾਡੇ ਕੁੱਕੜਾਂ ਦੀ ਕੀ ਹੈ ਜੀ ਲੜਾਈ? ਸਾਡੇ ਕੁੱਕੜਾਂ ਦੀ ਲੜਾਈ ਹੈ ਦੋਸਤਾ, ਤੇਰੇ ਤੋਂ ਬਗੈਰ ਲੰਘਣ ਨਹੀਂ ਦਿਆ। ਉਮੀਦ ਕਰਦਾ ਕੁਛ ਰਹਿ ਹੀ ਨਹੀਂ ਗਿਆ ਸਾਡੇ ਕੋਲ, ਮਤਲਬ ਕਿ ਕੁਛ ਸਮਝ ਨਹੀਂ ਆ ਰਹੀ। ਵਲੋਗ ਬਣਾ ਸ਼ੁਰੂ ਕਰ ਲਈਦਾ, ਕਰੀਏ ਕੀ, ਕੋਈ ਕਰਨ ਨੂੰ ਨਹੀਂ ਨਾ ਕੁਛ। ਵਿਹਲੇ ਦੁਨੀਆ ਜਾਣਦੇ ਸੀ, ਤਾਈ ਖਾ ਲਿਆ, ਪੀ ਲਿਆ, ਸੋ ਲਿਆ, ਹੋਰ ਸਾਡਾ ਕੰਮ ਕੋਈ ਨਹੀਂ ਹੈ। ਠੀਕ ਹੈ, ਅਤੇ ਅੱਜ ਵੀ ਯਾਰ ਮੈਂ ਕਿਹਾ 3-4 ਦਿਨ ਹੋ ਗਏ ਵਲੋਗ ਨਹੀਂ ਕੋਈ ਅਪਲੋਡ ਕੀਤਾ, ਫਿਰ ਅੱਜ ਵਲੋਗ ਅਪਲੋਡ ਕਰੀਏ। ਠੀਕ ਆ, ਹੁਣ ਸਾਡਾ ਤਾਂ ਇਹ ਖਿਆਲ ਹਲਾਤ ਨੇ ਕਿ ਬਾਂਹ ਦੁੱਖਣ ਲੱਗ ਗਈ ਹੈ ਸਾਡੀ ਸਾਹ ਜੀ, ਕਿ ਨਾ ਮੋਬਾਇਲ ਇੰਨੇ 'ਚ ਫੜਿਆ ਵਾ, 2 ਵਾਰੀ ਟਰਾਈ ਕੀਤੀ ਨਾਲ ਹੀ ਬੰਦ ਹੋਣ ਲੱਗ ਗਈ ਆ। ਪਰ ਫਿਰ ਵੀ ਸਾਜ ਹੀ ਕੋਸ਼ਿਸ਼ ਕਰੀ ਦੀ ਹੈ ਤੁਹਾਨੂੰ ਵਲੋਗ ਬਣਾ ਕੇ ਆਈਦਾ ਵਾ, ਕਿ ਯਾਰ ਕਿਤੇ ਨਾ ਕਿਤੇ, ਕਿਤੇ ਨਾ ਕਿਤੇ ਜੈਕ ਲੱਗੇਗਾ ਹੀ ਨਾ। ਠੀਕ, ਉਮੀਦ ਤਾਂ ਹੈ ਨਾ ਕੁਛ ਹੋ ਸਕਦਾ ਨਾ। ਇਸ ਕਰਕੇ ਨਾ ਅਸੀਂ ਇਹ ਜਿਹੜਾ ਨਾ ਸੂਈ ਇੱਥੇ ਫਸਾਈ ਹੈ, ਕੋਈ ਨਾ ਕੋਈ ਟਾਂਕਾ ਹੀ ਫਿੱਟ ਕਈ ਕੜੀ ਰੱਖਣਾ। ਬਾਕੀ ਅੱਲਾ ਖੈਰ ਕਰੇ, ਆਈਦਾ ਵਲੋਗ ਅਸੀਂ ਤੁਹਾਨੂੰ ਇੰਜੋਏ ਕਰਾਵਾਂਗੇ। ਠੀਕ ਹੈ ਸਾਜ ਜੀ, ਉਹ ਮੇਰੇ ਯਾਰ ਮੇਰੇ ਆਉਂਦੇ ਹੁੰਦੇ ਨੇ, ਯਾਰ ਕਿਹੜੇ ਵਲੋਗਾਂ 'ਚ ਅਸੀਂ ਇੰਜੋਏ ਕਰਿਆ ਕਰਾਂਗੇ? ਕੋਈ ਐਸਾ ਵਲੋਗ, ਮੇਰਾ ਕਲਾਇੰਟ ਤੁਰ ਗਿਆ ਯਾਰ ਲੰਡਨ, ਉਹ ਮੈਨੂੰ ਆਉਂਦਾ ਹੁੰਦਾ ਸੀ ਯਾਰ ਚੁੰਬਈ ਅਸੀਂ ਕਦੋਂ ਲੋਕਾਂ ਨੂੰ ਮਜ਼ਾ ਕਰਨਾ ਸਾਡੇ ਵਲੋਗਾਂ ਦੇ ਵਿੱਚ। ਬਾਕੀ ਅੱਲਾ ਖੈਰ ਕਰੇ, ਜਲਦੀ ਇਨਸ਼ਾਅੱਲਾ ਦਿਲਾਇਆ ਕਰੇਗਾ, ਅੱਲਾ 'ਤੇ ਪੂਰਾ ਯਕੀਨ ਆ, ਇਨਸ਼ਾਅੱਲਾ ਦਿਲਾ ਅੱਲਾ ਕਾਮਯਾਬ ਕਰੇਗਾ। ਅਤੇ ਬਾਕੀ ਅੱਲਾ ਖੈਰ ਕਰੇ, ਸਾਜੀ ਆ ਵੇਖ ਸਕਦੇ ਹੋ ਪਿੱਛੇ ਗਏ ਨਾ, ਮੌਸਮ ਬੜੇ VIP ਬਣਿਆ ਸੀ। ਠੀਕ ਹੈ, ਅਤੇ ਅਸੀਂ ਸਮੋਸੀਆਂ, ਰੋਲ, ਕੋਕ, ਸਮੋਸੇ, ਪਤਾ ਨਹੀਂ ਕੀ ਚਿਪਸ, ਲਹਿਦਾ ਲਹਿਦਾ ਰੇਹੜੀਆਂ ਲੱਭ ਲੱਭ ਖਾਧੀ, ਜਿਹਦੀ ਚੰਗੀ ਅਤੇ ਸਾਨੂੰ ਇਨਾਮ ਮਿਲਿਆ ਸਮੋਸੀਆਂ ਦਾ। ਠੀਕ ਹੈ, ਅਤੇ ਬੜਾ VIP ਮੌਸਮ ਸੀ ਪੂਰਾ ਹਫ਼ਤਾ। ਅੱਜ ਤਰ੍ਹਾਂ ਗਰਮੀ ਸ਼ਰਮੀ ਹੈ ਵਾ ਸਾਜ ਜੀ, ਅਤੇ ਸਮਝਦੇ ਹੋਣਾ ਮੇਰਾ ਮੂਡ ਖਰਾਬ ਵੀ ਹੈ ਵਾ, ਨਹੀਂ ਤਾਂ ਪਿੱਛੇ ਗਏ ਮੂਡ ਬੜਾ VIP ਰਿਹਾ ਵਲੋਗ ਬਣਾਉਣਾ, ਧਿਆਨ ਹੀ ਨਹੀਂ ਗਿਆ ਕਿ ਇੰਨਾ ਇੰਜੋਏ ਕੀਤਾ ਸੀ। ਬਾਕੀ ਅੱਲਾ ਖੈਰ ਕਰੇ, ਅੱਜ ਤੁਹਾਨੂੰ ਵਲੋਗ ਇੰਜੋਏ ਕਰਵਾਵਾਂਗੇ। ਠੀਕ ਹੈ, ਅੱਜ ਤੁਹਾਨੂੰ ਦਿਖਾਉਂਦੇ ਹਾਂ ਕੋਈ ਨਵੇਂ ਕਲਾਇੰਟ, ਨਵੇਂ ਕਾਹਦੇ, ਪੁਰਾਣੀ ਕਲਾਇੰਟ ਆ ਥੋੜ੍ਹੇ ਅਪਡੇਟ ਹੋਏ ਨੇ। ਬਾਕੀ ਅੱਲਾ ਖੈਰ ਕਰੇ, ਆ ਜਾਓ ਚੱਲੀਏ ਬਾਹਰ, ਵਾਰੀ ਵਾਰੀ ਫਿਰ ਤੁਹਾਨੂੰ ਇੰਜੋਏ ਕਰਾਈਏ। A few moments later. ਤਾਈ ਫਰੂਟ ਲਿਆ, ਫਰੂਟ ਚਾਟ ਲਏ, ਹੁਣ ਆਪਣੀ ਦੁਕਾਨ ਤੋਂ ਫਰੂਟ ਚਾਟ ਬਣਾਉਣਾ, ਵੇਖਿਓ ਵੀ ਇੱਕ ਤਰੀਕਾ। ਤਿਆਰ ਹੋ ਗਈ VIP ਫਰੂਟ ਚਾਟ ਤਿਆਰ ਕਰਾਈਏ। ਹਾਫ ਵਜੇ ਨੇ ਸਾਡਾ ਕੱਖ ਨਹੀਂ ਕੁੜੀ ਦਾ ਛੱਡਾ ਸਾਜ ਜੀ, ਹਾਫ ਵਜੇ ਨੇ ਸਾਨੂੰ ਨਾ ਦਾਣੇ ਕਢਾ ਦਿੱਤੇ ਨੇ, ਫਿਰ ਹਾਫ ਵਜੇ ਗਵਾਉਣਾ ਪੈ ਰਿਹਾ। ਨਾਜ਼ਰੀਨ, ਸਾਡੇ ਕੁੱਕੜਾਂ ਦੀ ਕੀ ਹੈ ਜੀ ਲੜਾਈ? ਸਾਡੇ ਕੁੱਕੜਾਂ ਦੀ ਲੜਾਈ ਹੈ ਜੀ। ਠੀਕ ਹੈ, ਉਹ ਕੁੱਕੜ ਬੈਠੇ ਨੇ, ਬਿੱਲਾ ਜੀ ਕੁੱਕੜ ਹਾਰ ਗਏ ਤਾਂ ਕੀ ਕਰਨਾ ਜੇ? ਕਿਆ ਬਾਤ ਹੈ ਸਰ, ਕਿਆ ਬਾਤ, ਯੇ ਬਾਤ ਹੈ।
ਆ ਭਾਈ ਜਾਨ ਨੇ ਜੁੱਤੀ ਲਈ ਕਮੀਲਾ ਤੋਂ 10,000 ਰੁਪਈਆ ਸਾਜ ਹੀ ਲਾਣਾ ਤੇ ਕੁੱਕੜ ਜਿਹੜਾ ਸਾਡੇ ਘਰ ਹਾਂਜੀ ਸਤਾਜ ਜੀ ਲਾ ਖੈਰ ਕਿੱਥੇ ਸਾਡਾ ਜਾਨਵਰ ਕਦੇ ਮਿੱਟੀ ਨਹੀਂ ਹੋਇਆ ਹਰਿਆ ਦੇ ਪੁੱਤਰ ਪਤੀਲੇ ਜਾਣਾ ਵਾ ਉਹ ਹਾਰ ਜੇ ਤੇ ਨਸੀਬਾਂ ਦੀ ਗੱਲ ਹੁੰਦੀ ਹੈ ਤੇ ਬਾਕੀ ਇਨਸ਼ਾਅੱਲਾ ਜਾਨਵਰ ਚੰਗੇ ਛੰਡੇ ਆ ਅੱਛਾ ਜੀ ਅੱਲਾ ਦੀ ਖੈਰ ਕੀਤਾ ਚੰਗੇ ਮੌਸਮ ਦਾ ਆ ਰਿਹਾ ਅਗਲੇ ਮਹੀਨੇ ਫੜ ਕੇ ਲਿਆਓ ਕੋਈ ਕੁੱਕੜ ਫੜੇ ਤਾਂ ਜਾਂਦੇ ਨੀ ਬਾਬਾ ਜੀ ਇੱਧਰ ਬੈਠੇ ਆ ਸੁੱਖ ਲੈਣ ਦਾ ਟਾਈਮ ਆ ਉਹਨਾਂ ਦਾ ਹਰ ਗਿਆ ਤੇ ਕੀ ਕਰਾਂਗੇ ਪਤੀਲੀ ਜਾਣਾ ਕੁੱਕੜ ਚੁੱਕਣ ਚਲਾ ਗਿਆ ਸਾਜੀ ਮੇਲਾ ਇੱਕ ਦਿਨ ਕੁੱਕੜ ਚੁੱਕਣ ਚਲਾ ਗਿਆ ਅਲੀਪੁਰ ਮਹੱਲੇ ਸਾਜੀ ਕੁੱਕੜ ਚੁੱਕਿਆ ਤੇ ਐਂ ਕਰਕੇ ਚਾਦਰ ਲਈ ਸਰਦੀਆਂ ਸੀ ਕੁੱਕੜ ਦੀਆਂ ਨੇ ਕੁੱਕੜ ਕਰੇ ਕੌਣ ਕੌਣ ਨੇ ਜੈਲੀ ਗੱਲਾਂ ਕਰਦੇ ਆਪਾਂ ਸ਼ਿਕਾਰ ਕੀਤਾ ਸੁੱਚਾ ਕੀਤਾ ਗਾਈ ਦਾ ਦੇਖੋ ਕਲਾਇੰਟ ਦੋਸਤ ਆਏ ਨੇ ਅੱਜ ਆਖਰੀ ਮਿਲਣੀ ਮਿਲਣ ਦੇ ਕੁੱਕੜ ਲੜਨੇ ਨੇ ਉਹਨੇ ਠੀਕ ਆ ਤੇ ਭਾਈ ਨੇ ਸਾਰੇ ਹਰ ਗਿਆ ਕਿ 50,000 ਰੁਪਇਆ ਲਾਣਾ ਵਾ ਕੁੱਕੜ ਹਰ ਗਿਆ ਤੇ ਉਸੇ ਦਿਨ ਕੁੱਕੜ ਪਤੀਲੀ ਚ ਉਹ ਪਹਿਲੇ ਹੀ ਹਰ ਗਿਆ ਉਹਦੇ ਪਹਿਲੇ ਹੀ ਇਹਨਾਂ ਨੇ ਐਨ ਜਾਣਾ ਲੈ ਕੇ ਲਿਆਓ 5,000 ਤੁਹਾਡਾ ਸਾਲਿਆ ਟੱਬਰ ਲਾ ਲਾ ਆਪਣਾ ਓਏ ਫੇਰ ਕਲਾਇੰਟ ਰੋਟੀ ਖਾ ਕੇ ਚੀਮਾ ਸਾਹਿਬ ਨੇ ਆਰਡਰ ਕੀਤਾ ਬਰਗਰ ਤੇ ਖਾ ਕੇ ਤੁਹਾਨੂੰ ਮਿਲ ਗਏ ਵਾਹ ਹੱਥ ਚੁੱਕ ਥੱਲੋ ਮਾਈਕ ਤੋਂ ਬਿੱਲਾ ਕਲਾਇੰਟ ਬੈਠੇ ਨੇ ਬਿੱਲਾ ਕਲਾਇੰਟ ਬੈਠੇ ਨੇ ਮਲੰਗੀ ਬੈਠੇ ਨੇ ਇੱਕ ਹੋਰ ਕਲਾਇੰਟ ਆਇਆ ਜੀ ਕੋਣ
ਚੀਮਾ ਸਾਹਿਬ ਵਰਗਾ ਮਿਸਟਰ ਡਿਲੀਸ਼ੀਅਸ ਤੋਂ ਮੰਗਵਾਏ ਨੇ ਸੈੱਟ ਆ ਵੀ ਆਪਣਾ ਦੋਸਤ ਵੀ ਵੇਖ ਲਾ ਹੀ ਲੰਮੇ ਭਾਈ ਸਾਡੀ ਜੁੱਤੀ ਖਰਾਬ ਹੋ ਗਈ ਕਮੀਲਾ ਦੀ ਯਾਰ ਬੜਾ ਮਸਲਾ ਬਣ ਗਿਆ ਵਾ ਹੱਸਦੇ ਚਿਹਰਿਆਂ ਦਾ ਮਤਲਬ ਇਹ ਨੀ ਹੁੰਦਾ ਕਿ ਉਹਨਾਂ ਨੂੰ ਕਦੇ ਕੋਈ ਤਕਲੀਫ ਨੀ ਹੁੰਦੀ ਉਹਦਾ ਮਤਲਬ ਚੀਮਾਈ ਮੁਫਤਾਂ ਨੇ ਤੁਹਾਡੀਆਂ ਮੁਫਤਾਂ ਨੇ ਚੀਮਾਈ ਮੁਫਤਾਂ ਨੇ ਟਿਸ਼ੂ ਵੀ ਨੇ ਮੁਫਤਾਂ ਨੇ ਚੀਮੇ ਦੀ ਵੇਲੀ ਜਾ ਉਹ ਚੀਮਾ ਨੀ ਜਾਣ ਦਿੰਦਾ ਉਂਝ ਬਹਾਦਰ ਆ ਇਧਰ ਨਹੀਂ ਵੀ ਹੈ ਤੂੰ ਉੱਪਰ ਨਹੀਂ ਸਿੱਟਿਆ ਦੋਸਤਾ ਤੇਰੇ ਤੋਂ ਬਗੈਰ ਲੰਘਣ ਨਹੀਂ ਦਿਆ ਤੇਰੇ ਤੋਂ ਬਗੈਰ ਲੰਘਣ ਨਹੀਂ ਦਿਆ ਜ਼ਿੰਦਗੀ ਚ ਵੀ ਪੁੱਛਿਆ ਬੜਾ ਹਰਾਮੀ ਹੋ ਬੇਟਾ ਇੱਧਰ ਵੇਖ ਬਰਗਰ ਤੇਰੇ ਤੋਂ ਬਗੈਰ ਲੰਘਣ ਨਹੀਂ ਦਿਆ ਕੀ ਕਰਾਂ ਆਪ ਦੋਨਾ ਆਪ ਦੋਨਾ